ਸੁਰਜੀਤ ਕੌਰ। ਸੁਰਜੀਤ ਕੌਰ ਜੀ, ਅੱਜ ਤੁਸੀਂ ਕਿੰਨਾ ਗੁਰਪੁਰਬ ਮਨਾਉਣ ਆਏ ਹੋ, ਕੀ ਕੁਛ ਦੇਖਿਆ ਗੁਰਪੁਰਬ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਦੀ ਤਰ੍ਹਾਂ ਅਸੀਂ ਹਰਿਮੰਦਰ ਸਾਹਿਬ ਮੱਥਾ ਟੇਕਦੇ ਹਾਂ। ਅੱਜ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਦੇ ਜਨਮ ਦਿਹਾੜੇ ਦੀਆਂ। ਜਿਸ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੇ ਸ਼ਬਦ ਜਾਏ, ਸਮੂਹ ਸੰਗਤਾਂ ਨੂੰ ਇਹੀ ਅਪੀਲ ਆ ਕਿ ਵਾਹਿਗੁਰੂ ਸਰਬੱਤ ਦੇ ਭਲੇ ਦੀ ਅਰਦਾਸ, ਵਾਹਿਗੁਰੂ ਸਭ ਦੇ ਮੇਹਰ ਭਰਿਆ ਹੱਥ ਰੱਖੇ, ਸਭ ਨੂੰ ਖੁਸ਼ੀਆਂ ਬਖਸ਼ਣ। ਕਿਹੋ ਜਿਹਾ ਨਜ਼ਾਰਾ ਜੀ, ਆਤਿਸ਼ਬਾਜ਼ੀ ਦੀਪਮਾਲਾ? ਬਹੁਤ ਵਧੀਆ ਨਜ਼ਾਰਾ, ਇਹ ਦੇਖਣ ਯੋਗ ਨਜ਼ਾਰਾ ਹਰਿਮੰਦਰ ਸਾਹਿਬ। ਦੀਪਮਾਲਾ ਔਰ ਆਤਿਸ਼ਬਾਜ਼ੀ ਦਾ ਦੀਪਮਾਲਾ ਬਹੁਤ ਵਧੀਆ, ਬਹੁਤ ਵਧੀਆ ਲੱਗਦਾ ਸੰਗਤਾਂ ਨੂੰ ਵੀ, ਸਾਨੂੰ ਆਪ ਵੇਖ ਕੇ ਬਹੁਤ ਵਧੀਆ ਨਜ਼ਾਰਾ ਲੱਗਦਾ। ਬਹੁਤ ਵਧੀਆ ਆਤਿਸ਼ਬਾਜ਼ੀ ਆ। ਸਿਮਰਨਜੀਤ ਕੌਰ, ਆਤਿਸ਼ਬਾਜ਼ੀ ਦੀ ਦੀਪਮਾਲਾ ਬਹੁਤ ਵਧੀਆ, ਮਤਲਬ ਬਹੁਤ ਵਧੀਆ ਨਜ਼ਾਰਾ ਹੈਗਾ ਅੱਜ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ। ਸੰਗਤ ਤੇ ਬਹੁਤ ਜ਼ਿਆਦਾ ਹੈ, ਮਤਲਬ ਬਹੁਤ ਵਧੀਆ ਸੰਗਤ ਹੈਗੀ ਹੈ, ਨਜ਼ਾਰਾ ਵੀ ਬਹੁਤ ਵਧੀਆ। ਹਰਿੰਦਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹਰਿਕ੍ਰਿਸ਼ਨ ਤੇ ਆਈਏ, ਜੇ ਡਿੱਠੇ ਸਭ ਦੁੱਖ ਜਾਏ। ਅੱਜ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਬੜੀ ਦੂਰ ਦੁਰਾਡੇ ਤੋਂ ਸੰਗਤਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਨਤਮਸਤਕ ਹੋਣ ਆਈਆਂ ਨੇ। ਅੱਜ ਦੀਪਮਾਲਾ ਜਿੱਥੇ ਅਲੌਕਿਕ ਦੀਪਮਾਲਾ ਕੀਤੀ ਗਈ ਆ, ਉੱਥੇ ਹੀ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਵੇਖਣ ਯੋਗ ਸੀ। ਬਹੁਤ ਵਧੀਆ ਦਰਸ਼ਨ ਨਜ਼ਾਰੇ ਹੋਏ ਜੀ। ਸੰਗਤਾਂ ਵੀ ਉਤਸ਼ਾਹ, ਭਾਰੀ ਉਤਸ਼ਾਹ ਨਾਲ ਇੱਥੇ ਨਤਮਸਤਕ ਹੋਣ ਆਈਆਂ ਨੇ ਅਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰ ਰਹੀਆਂ ਨੇ।